ਹਾਂਜੀ ਸਰ ਨੂੰ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਸਾਰਿਆਂ ਦਾ? ਅੱਜ ਜੀ ਆਪਾਂ ਵੀਡੀਓ ਬਣਾਵਾਂਗੇ ਕਿ ਇੰਡੀਆ ਦੇ ਵਿੱਚ ਡੇਅਰੀ ਫਾਰਮਿੰਗ ਜ਼ਿਆਦਾ ਲੋਕ ਕਿਉਂ ਨਹੀਂ ਕਰਦੇ। ਮਤਲਬ ਐਕਚੁਅਲੀ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਕਿ ਇਸ 'ਤੇ ਵੀਡੀਓ ਬਣਾਓ। ਸੋ ਆਪਾਂ ਮੋਟੀਆਂ ਮੋਟੀਆਂ ਗੱਲਾਂ ਕਰਾਂਗੇ। ਵੈਸੇ ਪਹਿਲਾਂ ਵੀ ਵੀਡੀਓ ਬਣਾਈ ਸੀ ਕਿ ਪ੍ਰੋਬਲਮਸ ਕੀ ਹੈਗੀਆਂ। ਅੱਜ ਆਪਾਂ ਐਕਚੁਅਲੀ ਕੰਪੇਅਰ ਕਰਦੇ ਹਾਂ ਕਿ ਕੀ ਕਰਨਾ ਚਾਹੀਦਾ ਅਤੇ ਕੀ ਗੌਰਮੈਂਟ ਨਹੀਂ ਕਰ ਰਹੀ, ਅਤੇ ਇਹਦੇ 'ਚ ਗਲਤੀ ਕਿਹਦੀ ਹੈ, ਗੌਰਮੈਂਟ ਦੀ ਵੀ ਹੈ ਅਤੇ ਮਤਲਬ ਪਬਲਿਕ ਦੀ ਵੀ ਹੈ। ਸੋ ਆਪਾਂ ਮੋਟੀ ਮੋਟੀਆਂ ਗੱਲਾਂ ਕਰਦੇ ਹਾਂ। ਫਸਟ ਆਫ ਆਲ ਜੀ, ਜਿਹੜੀ ਬਰੀਡਿੰਗ ਸਿਸਟਮ ਹੈ, ਮੰਨ ਲਓ ਬਰੀਡਸ ਹੈਗੀਆਂ, ਨਸਲਾਂ ਹੈਗੀਆਂ ਗਾਈਆਂ ਦੀਆਂ, ਉਹ ਵੀ ਬਹੁਤ ਵਧੀਆ ਇੰਡੀਆ 'ਚ ਹੈਗੀਆਂ। ਠੀਕ ਹੈ ਜੀ, ਪਿਓਰ ਫਰੀਜ਼ਨ ਜਰਸੀ, ਠੀਕ ਹੈ, ਜਾਂ ਬਾਕੀ ਦੇਸੀ ਗਾਈਆਂ ਵੀ ਇੱਥੇ ਦੁੱਧ ਦਿੰਦੀਆਂ। ਸੋ ਪ੍ਰੋਬਲਮ ਕਿੱਥੇ ਹੈ? ਸਭ ਤੋਂ ਪਹਿਲਾਂ ਪ੍ਰੋਬਲਮ ਤਾਂ ਜੇ ਆਪਾਂ ਗੌਰਮੈਂਟ ਦੀ ਗੱਲ ਕਰੀਏ ਤਾਂ ਗੌਰਮੈਂਟ ਦੀ ਗਲਤੀ ਇਹ ਹੈ ਕਿ ਗੌਰਮੈਂਟ ਦੀ ਕੋਈ ਪੋਲਿਸੀ ਨਹੀਂ ਹੁੰਦੀ, ਸਪੈਸ਼ਲੀ ਇੰਡੀਆ 'ਚ, ਕਿ ਦੁੱਧ ਨੂੰ ਮੈਨੇਜ ਕਿਵੇਂ ਕਰਨਾ ਹੈ, ਦੁੱਧ ਦਾ ਰੇਟ ਕੌਣ ਡਿਸਾਈਡ ਕਰੂਗਾ, ਲਾਗਤ ਅਤੇ ਡਿਮਾਂਡ ਸਪਲਾਈ ਕਿੰਨੀ ਹੈ, ਅਤੇ ਇੱਕ ਲੀਟਰ ਪ੍ਰੋਡਿਊਸ ਕਰਨ 'ਚ ਕਿੰਨਾ ਖਰਚਾ, ਫਿਰ ਮਤਲਬ ਫਾਰਮਰ ਨੂੰ ਕੁਛ ਫਾਇਦਾ ਹੋਵੇ, ਪੈਸੇ ਬਚਦੇ ਕਿ ਨਹੀਂ ਬਚਦੇ, ਕੋਈ ਪੋਲਿਸੀ ਹੈ ਨਹੀਂ, ਕੋਈ ਬੰਦਾ ਧਿਆਨ ਨਹੀਂ ਦਿੰਦਾ। ਠੀਕ ਹੈ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇੰਡੀਆ 'ਚ ਜਿੰਨੀ ਡਿਮਾਂਡ ਆ ਦੁੱਧ ਦੀ, ਉਨਾ ਦੁੱਧ ਪ੍ਰੋਡਿਊਸ ਨਹੀਂ ਹੋ ਰਿਹਾ। ਠੀਕ ਹੈ ਜੀ, ਅਤੇ ਜਿਹੜਾ ਨਕਲੀ ਦੁੱਧ ਹੈ ਉਹਦਾ ਬਹੁਤ ਜ਼ਿਆਦਾ ਬੋਲਬਾਲਾ ਇੰਡੀਆ 'ਚ, ਤੁਸੀਂ ਵੀ ਦੇਖਿਆ ਹੋਣਾ, ਨਿਊਜ਼ ਆਉਂਦੀ ਰਹਿੰਦੀ ਹੈ, ਨਕਲੀ ਪਨੀਰ, ਨਕਲੀ ਦਹੀਂ, ਨਕਲੀ ਘਿਓ, ਨਕਲੀ ਦੁੱਧ, ਇਸੇ ਕਰਕੇ ਇਹ ਕੈਂਸਰ ਵਗੈਰਾ ਬਹੁਤ ਜ਼ਿਆਦਾ। ਠੀਕ ਹੈ ਜੀ, ਕਿਉਂਕਿ ਇਹ ਸਿੰਥੈਟਿਕ ਵਗੈਰਾ ਦੁੱਧ ਬਣਾਉਂਦੇ ਆ, ਸਿਸਟਮ ਪਾ ਕੇ, ਕੋਈ ਤੇਲ ਪਾ ਕੇ ਬਣਾਈ ਜਾਂਦਾ, ਕਿਵੇਂ ਬਣਾਈ ਜਾਂਦਾ, ਮਤਲਬ ਉੱਥੇ ਵੀ ਕੋਈ ਗੌਰਮੈਂਟ ਦਾ ਹੈ ਨਹੀਂ ਗਾ। ਪਿੱਛੇ ਜੇ ਉਹ ਸਿਮਰਜੀਤ ਸਿੰਘ ਬੈਂਸ ਨੇ ਵੀ ਉੱਥੇ ਜਾ ਕੇ, ਸ਼ਾਇਦ ਵੈਰਕਾ ਦਾ ਪਲਾਂਟ ਸੀ, ਉੱਥੇ ਉਹਨੇ ਜਾ ਕੇ ਕੁਛ ਐਕਸਪੋਜ਼ ਕੀਤਾ ਸੀਗਾ। ਸੋ ਜੇ ਇਹੋ ਜਿਹੇ ਪਲਾਂਟਾਂ 'ਚ, ਇਹੋ ਜਿਹੇ ਵੱਡੀਆਂ ਫਰਮਾਂ 'ਚ ਜੇ ਇੱਦਾਂ ਹੋ ਰਿਹਾ ਤਾਂ ਆਮ ਬੰਦੇ ਦੀ ਤਾਂ ਗੱਲ ਹੀ ਨਾ ਕਰੋ ਤੁਸੀਂ। ਗੌਰਮੈਂਟ ਦੀ ਇੱਕ ਕਮੀ ਹੈ ਜੀ, ਜਿਵੇਂ ਕੋਈ ਕੋਈ ਇੰਸਟੀਟਿਊਸ਼ਨ ਹੈ ਨਹੀਂ ਗੇ ਵਧੀਆ। ਠੀਕ ਹੈ ਜੀ, ਪੜ੍ਹਾਈ ਵਾਸਤੇ ਕੋਈ ਸ਼ੋਰਟ ਕੋਰਸ ਹੀ ਹੈ ਨਹੀਂ ਗਾ, ਕੋਈ ਕੋਈ ਸਰਟੀਫਿਕੇਟਸ ਹੈ ਨਹੀਂ ਗੇ, ਸਿੱਧੀ BVSC ਹੈ, ਬੈਚਲਰ ਇਨ ਵੈਟਰਨਰੀ ਸਾਇੰਸ। ਹੁਣ ਉਹ ਆਈ ਥਿੰਕ 5 ਕਿ 6 ਸਾਲ ਦਾ ਕੋਰਸ ਹੈ। ਹੁਣ ਬੰਦਾ ਉਹ ਪਹਿਲਾਂ 6 ਸਾਲ ਦਾ ਕੋਰਸ ਕਰਨ ਜਾਊਗਾ, ਫਿਰ ਡੇਅਰੀ ਫਾਰਮਿੰਗ ਕਰੂਗਾ। ਠੀਕ ਹੈ ਜੀ, ਠੀਕ ਹੈ, ਇੱਦਾਂ ਨਹੀਂ, ਜਿਵੇਂ ਨਿਊਜ਼ੀਲੈਂਡ ਦੇ ਵਿੱਚ ਸ਼ੋਰਟ ਕੋਰਸਿਸ ਹੈਗੇ ਆ, 6-6 ਮਹੀਨੇ ਦੇ ਸ਼ੋਰਟ ਕੋਰਸਿਸ ਹੈਗੇ ਆ, ਨਾਲੇ ਪਾਰਟ ਟਾਈਮ ਹੈ, ਗੌਰਮੈਂਟ ਦੇ ਫੰਡਡ ਹੈ। ਜੇ ਰੈਗੂਲਰ ਕੋਈ ਬੰਦਾ ਕੋਰਸ ਕਰਦਾ ਉਹ ਸਟੱਡੀ, ਦੈਨ ਉਹਦੇ ਮੰਨ ਲਓ ਜੇ ਪੱਕਾ ਬੰਦਾ ਜੇ ਰੈਗੂਲਰ ਕਰੂਗਾ ਤਾਂ ਉਹਦਾ $5,000-6,000 ਫੀਸ ਹੈ। ਇੰਟਰਨੈਸ਼ਨਲ ਦੀ ਉਸੇ ਕੋਰਸ ਦੀ ਫੀਸ 18-20,000 ਹੈ। ਅਤੇ ਜੇ ਤੁਸੀਂ ਆਪਾਂ ਗੱਲ ਕੀਤੀ ਪ੍ਰਾਈਮਰੀ ਆਈਟੀ, ਜੇ ਉਹਦੇ ਥਰੂ ਕਰੋਗੇ ਤਾਂ ਉਹਦੀ ਫੀਸ $600-700 ਹੈ ਸਾਰਾ। ਠੀਕ ਹੈ ਜੀ, ਅਤੇ ਫੋਰਟਨਾਈਟਲੀ ਕਲਾਸ ਹੈ, ਫੁੱਲ ਟਾਈਮ ਕੰਮ ਕਰਨ ਵਾਲੇ ਪੜ੍ਹੋ। ਸੋ ਇੱਦਾਂ ਦੇ ਕੋਈ ਕੋਰਸ ਹੀ ਹੈ ਨਹੀਂ ਗੇ, ਅਤੇ ਕੋਈ ਮਤਲਬ ਕੋਈ ਡਿਸ ਕੋਈ ਸਟੇਟ ਲੈਵਲ 'ਤੇ, ਕੋਈ ਡਿਸਟ੍ਰਿਕਟ ਲੈਵਲ 'ਤੇ ਆਪਸ 'ਚ ਕੋਈ ਮੀਟਿੰਗਸ ਨਹੀਂ ਹੁੰਦੀਆਂ, ਕੋਈ ਡਿਸਕਸ਼ਨ ਗਰੁੱਪਸ ਨਹੀਂ ਹੁੰਦੇ ਗੇ। ਠੀਕ ਹੈ ਜੀ, ਇਹ ਤਾਂ ਹੈਗਾ, ਜੇ ਕਹਿ ਲਓ ਵੀ ਕੋਈ ਗੌਰਮੈਂਟ ਦੀ ਕੋਈ ਮਤਲਬ ਕੋਈ ਬਰੀਡਿੰਗ ਦੇ ਰਿਲੇਟਡ ਕੋਈ ਪੋਲਿਸੀਜ਼ ਹੈ ਨਹੀਂ ਗੀ, ਕੋਈ ਮਤਲਬ ਕੋਈ ਆਪਾਂ ਕਿਵੇਂ ਅਪਗ੍ਰੇਡ ਕਰੀਏ। ਇੱਥੇ ਜਿਵੇਂ ਹਰ ਸਾਲ ਕੋਈ ਨਾ ਕੋਈ ਨਵੀਂ ਟੈਕਨੋਲੋਜੀ ਆਉਂਦੀ ਆ, ਹਰ ਸਾਲ, ਹਰ ਕਿ ਹਰ ਮਹੀਨਾ ਹੀ। ਠੀਕ ਹੈ ਜੀ, ਕਿ ਆ ਜਿਵੇਂ ਹੀਟ ਡਿਟੈਕਸ਼ਨ ਦਾ, ਕਿਵੇਂ ਹੀਟ ਗਾਂ ਪਿੱਕ ਕਿਵੇਂ ਕਰਨੀ ਹੈ ਇਹਦਾ, ਢਿੱਲੇ ਬੈਸਟ ਤੋਂ ਬੈਸਟ ਸੀਮਨ, ਬੈਸਟ ਤੋਂ ਬੈਸਟ ਬੁੱਲ ਲੱਭ ਕੇ ਬਲਦੇ ਆ, ਉਹਨਾਂ ਦਾ ਮਤਲਬ ਉਹਨੂੰ ਬਣਾਉਂਦੇ ਆ। ਹੁਣ ਜਿਵੇਂ ਗਰਾਸ ਲੈਵਲ 'ਤੇ ਆ, ਘਾਹ ਦਾ, ਘਾਹ ਦੀ ਵਰਾਇਟੀਜ਼ ਕਿਵੇਂ ਅਪਗ੍ਰੇਡ ਕਰਦੇ ਆ, ਡਰਾਊਟ ਨੂੰ ਜਿਹੜਾ ਕੋਈ ਸੁੱਕਾ ਪੈ ਜਾਵੇ ਜਾਂ ਮਤਲਬ ਸੋਕਾ ਪੈ ਜਾਵੇ, ਮੀਂਹ ਨਾ ਪਵੇ, ਕਿਉਂਕਿ ਇੱਥੇ ਮੀਂਹ ਦੀ ਬੇਸਡ ਤਕਰੀਬਨ ਹੈਗੀ ਹੈ, ਨੈਚੁਰਲੀ ਬੇਸਡ ਹੈਗੀ ਹੈ ਫਾਰਮਿੰਗ, ਸਾਰੇ ਫਾਰਮਾਂ 'ਤੇ ਇਰੀਗੇਸ਼ਨ ਹੈ ਨਹੀਂ ਗੀ। ਸੋ ਉਹ ਜੇ ਕੋਈ ਸੋਕਾ ਤਾਂ ਉਹ ਕੋਈ ਇਹੋ ਜਿਹੀ ਵਰਾਇਟੀ ਬਣਾਉਂਦੇ ਆ ਜਿਹੜਾ ਕਿ ਉਹ ਸੋਕਾ ਝੱਲ ਲਵੇ। ਠੀਕ ਹੈ ਜੀ, ਮਤਲਬ ਅਕੋਰਡਿੰਗ ਟੂ ਵੈਦਰ। ਠੀਕ ਹੈ ਜੀ, ਉਸ ਹਿਸਾਬ ਦਾ ਕੰਮ ਇੱਥੇ ਗੌਰਮੈਂਟ ਬਹੁਤ ਕਰਦੀ, ਪੈਸਾ ਵੀ ਬਹੁਤ ਲਾਉਂਦੀ ਹੈ, ਅਤੇ ਤਾਂ ਹੀ ਫਿਰ ਲੋਕ ਇੰਟਰਸਟਡ ਵੀ ਹੈਗੇ। ਸੋ ਇਹੋ ਜਿਹਾ ਤਾਂ ਉੱਥੇ ਕੁਛ ਹੈ ਨਹੀਂ ਗਾ। ਠੀਕ ਹੈ ਜੀ, ਜਿਵੇਂ ਹੁਣ ਪ੍ਰਾਈਵੇਟ ਪਿੰਡਾਂ 'ਚ ਪ੍ਰਾਈਵੇਟ ਬੰਦੇ ਕੰਮ ਕਰਦੇ ਆ, ਕੋਈ ਉਹਨਾਂ ਦਾ ਹੈ ਨਹੀਂ ਕੋਈ ਸਿਸਟਮ, ਕੋਈ ਡਾਕਟਰਸ ਕੇਅਰ ਨਹੀਂ ਕਰਦੇ ਗੇ,
ਠੀਕ ਹੈ ਜੀ, ਇਹਦਾ ਗੌਰਮੈਂਟ ਗੌਰਮੈਂਟ ਦਾ ਪੱਖ ਆ, ਕਿ ਮੇਨ ਤਾਂ ਇਹੀ ਚੀਜ਼ ਹੈ, ਦੁੱਧ ਜੇ ਆਪਾਂ ਪ੍ਰੋਡਿਊਸ ਕਰਾਂਗੇ ਤਾਂ ਆਖਿਰ ਵੇਚਾਂਗੇ ਤਾਂ ਉਹਦੀ ਕੋਈ ਪੋਲਿਸੀ ਤਾਂ ਹੋਣੀ ਚਾਹੀਦੀ ਹੈ ਨਾ, ਕੋਈ ਰੂਲ ਤਾਂ ਹੋਣਾ ਚਾਹੀਦਾ। ਤਾਂ ਜੇ ਤੁਸੀਂ ਹੁਣ ਪਿੰਡਾਂ 'ਚ ਲਾ ਲਓ, ਲੋਕਾਂ 'ਚ ਕੀ ਹੈ, ਲੋਕਾਂ ਦੀ ਟੌਰ ਖਰਾਬ ਹੁੰਦੀ ਹੈ। ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਅਗਲਾ ਕਹਿੰਦਾ ਲੈ ਮੈਂ ਹੁਣ ਪਸ਼ੂਆਂ ਦਾ ਕੰਮ ਕਰੂੰਗਾ, ਠੀਕ ਹੈ ਜੀ, ਵੀ ਲੋਕ ਕੀ ਆਖਣਗੇ, ਕਿਉਂਕਿ ਆਪਣੇ ਘਰਾਂ 'ਚ ਚਾਰ ਚਾਰ ਵੱਧ ਤੋਂ ਵੱਧ ਪੰਜ ਪੰਜ ਪਸ਼ੂ ਹੁੰਦੇ, ਅਤੇ ਉਹਦੇ ਵਾਸਤੇ ਵੀ ਆਪਾਂ ਬੰਦਾ ਰੱਖਿਆ ਹੁੰਦਾ, ਜਾਂ ਕੋਈ ਬੀਬੀ ਕੰਮ ਕਰਦੀ ਹੈ ਗੋਹਾ ਗੂੜਾ ਕਰਨ ਨੂੰ, ਜਾਂ ਕੋਈ ਹੋਰ ਕੰਮ ਕਰਨ ਨੂੰ, ਜਾਂ ਬਈਏ ਵਗੈਰਾ, ਇਹ ਤਾਂ ਰੱਖੇ ਹੀ ਹੁੰਦੇ 100%। ਆਪਣੇ ਤੋਂ ਇੰਡੀਆ 'ਚ ਚਾਰਾਂ ਪਸ਼ੂਆਂ ਨੂੰ ਵੱਢ ਕੇ ਪੱਠੇ ਨਹੀਂ ਪਾਏ ਜਾਂਦੇ, ਠੀਕ ਹੈ, ਡੇਅਰੀ ਫਾਰਮਿੰਗ ਕਰਨ ਦੇ ਬੜੀ ਵੱਡੀ ਗੱਲ ਹੈ। ਸੋ ਕਿਉਂਕਿ ਮੈਂਟੈਲਿਟੀ ਹੈ ਨਹੀਂ ਗੀ ਲੋਕਾਂ ਦੀ, ਜੇ ਕਿਉਂਕਿ ਇਹ ਚੇਂਜ ਕਰਨਾ ਪਊਗਾ ਨਾ। ਹੁਣ ਇੱਥੇ ਇੱਕ ਇੱਕ ਬੰਦਾ, ਇੱਕ ਬੰਦਾ ਆਰਾਮ ਨਾਲ 300 ਗਾਂ ਮੈਨੇਜ ਕਰਦਾ, ਅਤੇ ਹੁਣ ਤੁਸੀਂ ਲਾ ਲਓ ਇੱਕ ਬੰਦਾ 300 ਗਾਂ। ਹੁਣ ਤੁਸੀਂ ਕਹੋਗੇ ਜੀ ਉੱਥੇ ਤੁਸੀਂ ਖੁੱਲੀਆਂ ਛੱਡਦੇ ਨੇ, ਉੱਥੇ ਵੱਢ ਕੇ ਨਹੀਂ ਪੱਠੇ ਪਾਉਣੇ ਪੈਂਦੇ, ਕਦੇ ਇੱਕ ਸੀਜ਼ਨ ਲਾ ਕੇ ਦੇਖਿਓ, ਤੁਹਾਨੂੰ ਫਿਰ ਲੱਗੂਗਾ ਪਤਾ ਇੰਨਾ ਈਜ਼ੀ ਨਹੀਂ ਗਾ। ਕਿਉਂਕਿ ਜਦੋਂ ਤੱਕ ਤੁਸੀਂ ਨਾ ਮਤਲਬ ਕਿਸੇ ਦਾ ਆਰਡਰ ਫੋਲੋ ਕਰਨਾ ਬਹੁਤ ਸੌਖਾ, ਪਰ ਡਿਸੀਜ਼ਨ ਜੇ ਤੁਸੀਂ ਆਪ ਡਿਸੀਜ਼ਨ ਬਣਾਉਣਾ ਫਾਰਮ 'ਤੇ ਕਿ ਜਾਂ, ਤਾਂ ਉਦੋਂ ਬਹੁਤ ਔਖਾ ਹੈ। ਉਦੋਂ ਤਾਂ ਫਿਰ ਕਿਉਂਕਿ ਜਦੋਂ ਇੱਥੋਂ ਕੰਮ ਕਰਨਾ ਪੈਂਦਾ ਨਾ, ਇਹ ਔਖਾ, ਫਿਜ਼ੀਕਲੀ ਔਖਾ ਨਹੀਂ ਕੰਮ। ਸੋ ਇੰਨਾ ਈਜ਼ੀ ਵੀ ਨਹੀਂ ਗਾ ਜਿੰਨਾ ਜੇ ਕੋਈ ਤੁਸੀਂ ਕੋਈ ਸੋਚੋ, ਠੀਕ ਹੈ। ਹਾਂ, ਪੈਸਾ ਜ਼ਰੂਰ ਬਣਦਾ, ਲਾਈਫ ਸਟਾਈਲ ਵਧੀਆ ਹੈਗਾ ਇੱਥੇ। ਸੋ ਇਹ ਹੈ ਜੀ, ਇੱਕ ਤਾਂ ਇੰਡੀਆ ਦੇ ਲੋਕਾਂ ਦੀ ਟੌਰ ਖਰਾਬ ਹੁੰਦੀ ਹੈ, ਦੂਜੀ ਗੱਲ ਆਪਣੇ ਫਰੋਡ ਬਹੁਤ ਕਰਦੇ ਆ। ਮੈਂ ਤੁਹਾਨੂੰ 10 ਬੰਦੇ ਦੱਸ ਸਕਦਾ ਸਾਡੇ ਏਰੀਏ 'ਚ ਹੀ, ਜਿਨ੍ਹਾਂ ਨੇ ਮਤਲਬ ਡੇਅਰੀ ਦਾ ਲੋਨ ਲੈ ਲਿਆ ਗਵਰਨਮੈਂਟ ਤੋਂ ਦਿਖਾ ਕੇ। ਵੈਸੇ ਹੀ ਕੋਈ ਗਾਂ ਮੈਂ ਨਹੀਂ ਖਰੀਦੀ, ਕੋਈ ਤਾਂ ਨਹੀਂ, ਜਿੰਨੇ ਵੀ ਮਿਲਦੇ ਆ 1-2 ਲੱਖ 4 ਲੱਖ ਉਹ ਲੈ ਲਿਆ, ਪੈਸੇ ਲਏ ਵਰਤ। ਜਦੋਂ ਕੋਈ ਇਨਕੁਆਇਰੀ ਆਉਂਦੀ ਹੈ ਉਦੋਂ ਪਤਾ ਹੁੰਦਾ ਹਾਂ ਵੀ ਇਸ ਬੰਦੇ ਨੇ ਆਉਣਾ, ਉਦੋਂ 2-4 ਗਾਈਆਂ ਇੱਧਰੋਂ ਉੱਧਰੋਂ ਲਿਆ ਕੇ ਬੰਨ ਲਈਆਂ ਘਰੇ, ਪਸ਼ੂ ਬੰਨ ਲਏ, ਉਹਨਾਂ ਨੂੰ ਦਿਖਾ ਤੇ। ਜਾਂ ਵੈਸੇ ਹੀ ਇਹ ਫਰੋਡ ਵੱਡਾ ਹੈ ਕਿ ਜੀ ਸਾਡੀਆਂ ਤਾਂ ਮਰ ਗਈਆਂ, ਚਲੋ ਜੀ ਕੋਈ ਮਰੇ ਪਸ਼ੂ ਦੀ ਫੋਟੋ ਖਿੱਚ ਕੇ, ਅਤੇ ਗਾਂ ਅਫਸਰ ਵੀ ਇਹੋ ਜਿਹੇ ਹੁੰਦੇ ਆ, ਕੋਈ 2-4 ਉਹਨਾਂ ਨੇ ਖਵਾ ਦਿੰਦੇ, ਜੇ ਪਤਾ ਵੀ ਲੱਗ ਜਾਵੇ ਤਾਂ ਕੋਈ ਕੇਅਰ ਨਹੀਂ ਕਰਦਾ। ਸੋ ਇਹ ਗੌਰਮੈਂਟ ਦੀ ਸਕੀਮ ਤਾਂ ਹੈਗੀ ਹੈ, ਕੋਈ ਫਾਇਦਾ ਲਓ, ਮਿਹਨਤ ਤਾਂ ਕਰੋ ਨਾ, ਫਿਰ ਹੀ ਕੁਛ ਮਿਲੂਗਾ। ਸੋ ਫਿਰ ਉਸ ਹਿਸਾਬ ਨਾਲ ਫਿਰ ਗੌਰਮੈਂਟ ਵਿਚਾਰੀ ਕੀ ਕਰੇ ਵੀ ਜਦੋਂ ਆਪਾਂ ਕਰਨਾ ਹੀ ਫਰੋਡ ਹੈ। ਅਤੇ ਇੱਕ ਹੋਰ ਗੱਲ ਜੀ, ਜਿਹੜੀ ਮੈਂ ਸਪੈਸ਼ਲ ਗੱਲ ਕਰਾਂ, ਇੰਡੀਆ 'ਚ ਕੀ ਕਰਦੇ ਆ ਲੋਕ, ਜ਼ਮੀਨ ਦੇ ਪਿੱਛੇ ਭੱਜਦੇ, ਠੀਕ ਹੈ ਜੀ। 2 ਕਿੱਲੇ ਜ਼ਮੀਨ ਲੈ ਲਈ, 3 ਕਿੱਲੇ ਜ਼ਮੀਨ ਲੈ ਲਈ, ਹਰ ਸਾਲ ਜਿਹੜੇ ਬੰਦੇ ਕੋਲ ਪੈਸੇ ਹੈਗੇ, ਕੋਈ ਤੁੱਕ ਨਹੀਂ ਗਾ। ਮੈਂ ਤੁਹਾਨੂੰ ਕਾਰਨ ਦੱਸਦਾ, ਜੇ ਤੁਸੀਂ ਸਾਡੇ ਏਰੀਏ 'ਚ ਲਾਓ, ਚਲੋ ਸਾਡੇ ਏਰੀਏ 'ਚ 10 ਲੱਖ ਦਾ ਰੇਟ ਹੈ ਤਕਰੀਬਨ, ਐਵਰੇਜ ਲਾ ਲਓ 10 ਲੱਖ ਕਿੱਲਾ 5 ਕਨਾਲਾਂ ਦਾ। ਹੁਣ ਤੁਸੀਂ 10 ਲੱਖ ਦਾ 1 ਕਿੱਲਾ ਲਿਆ, ਅਤੇ ਆਪਣੇ ਉੱਥੇ ਕੋਈ ਨਹੀਂ ਸੋਚਦਾ ਕਿ ਰੀਪੇਮੈਂਟ ਕਿਵੇਂ ਹੋਣੀ ਹੈ, ਵੀ 10 ਲੱਖ ਕਦੋਂ ਮੁੜੂਗਾ, 1 ਵੀਕੇ ਤੁਹਾਨੂੰ ਕਿੰਨੇ ਪਹੁੰਚਾਉਣੇ ਪੈਸੇ, ਇਹ ਦੱਸੋ। ਕਿੱਲੇ ਨੇ ਵੱਧ ਤੋਂ ਵੱਧ ਤੁਹਾਨੂੰ ਕਿੰਨਾ, ਮੈਨੂੰ ਵੈਸੇ ਇੰਨਾ ਪਤਾ ਨਹੀਂ, 20,000 15 ਤੋਂ ਲੈ ਕੇ 30,000 ਦੇ ਵਿੱਚ ਕਿੱਲਾ ਛੱਡਦਾ ਹੋਊਗਾ ਜੇ ਵਧੀਆ ਮਿਹਨਤ ਕਰੋਗੇ ਤਾਂ। ਹੁਣ ਤੁਸੀਂ ਲਾ ਲਓ ਕਿ ਤੁਹਾਡਾ ਉਹ ਜੇ ਉਹਨੇ 20,000 ਵੀ ਛੱਡਿਆ ਕਿੱਲੇ ਨੇ, ਤਾਂ ਉਹ 10 ਲੱਖ ਤੁਹਾਡਾ ਕਿੰਨੇ ਚਿਰ 'ਚ ਵਾਪਸ ਮੁੜੂਗਾ। ਇੱਥੇ ਇਨਵੈਸਟ ਉੱਥੇ ਕਰੋ ਜਿੱਥੇ ਤੁਹਾਨੂੰ ਵੀ ਜੇ ਵਿਦਇਨ 5 ਈਅਰਸ ਤੁਹਾਡੇ ਪੈਸੇ ਵਾਪਸ ਮੁੜਦੇ ਆ ਨਾ, ਉੱਥੇ ਇਨਵੈਸਟ ਕਰੋ। ਜਿੱਥੇ ਹੁਣ 15-15, 20-20 ਸਾਲ ਤੱਕ ਤੁਹਾਨੂੰ ਆਈਡੀਆ ਨਹੀਂ ਬੰਦੇ ਨੂੰ ਕਿ ਇਹ ਪੈਸੇ ਮੁੜਗੇ ਕਿ ਨਹੀਂ, ਮੇਰੇ ਨਹੀਂ ਮੁੜਦੇ, ਸਿਰਫ ਟੌਰ ਬਣਾਉਣ ਦੇ ਮਾਰੇ। ਆਪਣੇ ਲੋਕਾਂ ਨੂੰ ਕੀ ਆਦਤ ਹੈ, ਬਸ ਬੱਲੇ ਬੱਲੇ ਹੋ ਜਾਣੀ ਆ ਪਿੰਡ 'ਚ, ਵੀ ਕਿੱਲਾ ਲੈ ਲਿਆ, 2 ਕਿੱਲੇ 5 ਕਿੱਲੇ ਲੈ ਲਏ। ਇਹ ਵੀ ਤਾਂ ਦੇਖੋ ਤੁਸੀਂ ਇਨਵੈਸਟਮੈਂਟ ਕਿੱਡੀ ਵੱਡੀ ਕੀਤੀ ਆ। ਇਨਵੈਸਟ ਉੱਥੇ ਕਰੋ ਜਿੱਥੇ ਤੁਹਾਨੂੰ ਕੋਈ ਸਟੇਟ ਵੇ ਪੈਸੇ ਆਉਣ ਲੱਗ ਪੈਣ ਵਾਪਸ। ਜੇ ਤੁਸੀਂ ਹੁਣ ਜੇ ਤੁਸੀਂ ਇੱਥੇ ਇੱਥੇ ਇਮੀਗ੍ਰੇਸ਼ਨ ਦੀਆਂ ਪੋਲਿਸੀਜ਼ ਹੈਗੀਆਂ, ਇਨਵੈਸਟਮੈਂਟ ਕੈਟੇਗਰੀ 'ਚ ਆਓ ਤੁਸੀਂ, ਨਿਊਜ਼ੀਲੈਂਡ, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਜਿੱਥੇ ਮਰਜ਼ੀ ਜਾਓ। ਜੇ ਇੰਡੀਆ 'ਚ ਕਿਸੇ ਕੋਲ ਹੁਣ ਇੱਥੇ 1 ਹੈਕਟੇਅਰ ਮਿਲ ਜਾਂਦਾ 15,000 ਤੋਂ ਲੈ ਕੇ $30,000 ਦੇ ਵਿੱਚ ਵਿੱਚ, ਠੀਕ ਹੈ ਜੀ, ਚਲੋ ਰਾਉਂਡ ਫਿਗਰ ਲਾਈਏ ਆਪਾਂ $20,000, ਤਾਂ $20,000 ਕਿੰਨਾ ਹੋ ਗਿਆ ਇੰਡੀਆ ਦਾ, ਹੋ ਗਿਆ 45 ਹਿਸਾਬ ਨਾਲ, ਠੀਕ ਹੈ, 9 ਲੱਖ ਰੁਪਈਆ ਹੋਇਆ। ਹੁਣ 9 ਲੱਖ ਦੇ 4 ਕਿੱਲੇ ਆਉਂਦੇ ਇੱਥੇ ਇੰਡੀਆ ਦੇ, 9 ਲੱਖ ਦੇ ਨਿਊਜ਼ੀਲੈਂਡ 'ਚ 4 ਕਿੱਲੇ ਆਉਣਗੇ ਤੁਹਾਡੇ, ਚਲੋ 10 ਲੱਖ ਲਾ ਲਓ, 1 ਕਿੱਲਾ ਉੱਥੇ ਵੇਚੋਗੇ, ਇਸ ਤੁਹਾਡੇ 4 ਬਣਨਗੇ, ਅਤੇ ਕਮਾਈ
ਇੱਥੇ ਜਿਵੇਂ ਜੇ ਬਾਗ ਲੈਣੇ ਤੁਸੀਂ ਆ ਕੇ ਔਰਚਿਡ ਲੈਂਦੇ ਹੋ ਕੀਵੀ ਦਾ, ਤਾਂ 1 ਹੈਕਟੇਅਰ ਔਰਚਿਡ ਵੀ 40 ਤੋਂ ਲੈ ਕੇ $60,000 ਦੇ ਵਿੱਚ ਵਿੱਚ ਪ੍ਰੋਫਿਟ ਛੱਡਦਾ। ਠੀਕ ਹੈ ਜੀ, ਜਿਹੜੇ ਚੰਗੇ ਫਾਰਮਿੰਗ ਜਿਹੜੇ ਚੰਗੇ ਕਰਦੇ ਉਹ ਲੱਖ ਲੱਖ ਡਾਲਰ ਛੱਡਦਾ 1 ਹੈਕਟੇਅਰ। ਕਿੰਨਾ? 45 ਲੱਖ ਰੁਪਈਆ 4 ਕਿੱਲਿਆਂ 'ਚੋਂ ਕਮਾਈ ਹੈ। ਪਰ ਹੁਣ ਉਹ ਜੇਰਾ ਕਿੱਥੋਂ ਲੈ ਗਿਆ? ਹੁਣ ਹਿੰਮਤ ਵੀ ਜ਼ਮੀਨ ਵਿਕ ਜੂਗੀ, ਬਾਕੀ ਡਰਦੇ ਆ, ਧੋਖੇ ਹੋ ਜਾਂਦੇ ਆ, ਧੋਖੇ ਵੀ ਹੁੰਦੇ ਆ, ਮੈਨੂੰ ਪਤਾ ਮਾੜੇ ਬੰਦੇ ਵੀ ਹੈਗੇ, ਏਜੰਟ ਹੈਗੇ ਆ, ਕਿ ਵਧੀਆ ਏਜੰਟ ਤੋਂ ਸਲਾਹ ਲੈ ਕੇ। ਹੁਣ ਹੁਣ ਤਾਂ ਸਾਰਾ ਕੁਝ ਇੰਟਰਨੈਟ ਤੇ ਪਿਆ, ਤੁਸੀਂ ਵੈਬਸਾਈਟ ਤੇ ਜਾਓ, ਜਿਹੜੇ ਪੈਨਲ ਏਜੰਟਸ ਹੈਗੇ, ਜਿਹੜੇ ਰਜਿਸਟਰ ਏਜੰਟਸ ਹੈਗੇ ਆ ਹਰੇਕ ਇਮੀਗ੍ਰੇਸ਼ਨ ਦੀ ਵੈਬਸਾਈਟ ਦਾ, ਹਰੇਕ ਕੰਟਰੀ ਦੇ, ਸਿੱਧਾ ਉਹਦੇ ਕੋਲ ਕੰਟੈਕਟ ਕਰੋ, ਤੁਹਾਨੂੰ ਸਹੀ ਸਲਾਹ ਦੇਊਗਾ। ਇਨਵੈਸਟਮੈਂਟ ਇਨਵੈਸਟ ਕਰੋ, ਤੁਹਾਨੂੰ 5 ਸਾਲਾਂ ਬਾਅਦ ਉਹ ਪੈਸੇ ਵਾਪਸ ਮਿਲ ਜਾਣੇ ਆ। ਜੇ ਤੁਸੀਂ ਮੰਨ ਲਓ ਵੀ 2 ਕਰੋੜ ਰੁਪਈਆ ਇਨਵੈਸਟ ਕੀਤਾ, ਕਰੋੜ ਰੁਪਈਆ ਇਨਵੈਸਟ ਕੀਤਾ, ਨਾਲੇ ਤਾਂ ਤੁਸੀਂ ਇੱਥੇ ਆ ਜਾਓਗੇ, ਸਾਰਾ ਟੱਬਰ ਪੱਕੇ ਹੋ ਗਏ, ਅਤੇ ਉਹ 5 ਸਾਲਾਂ ਬਾਅਦ ਤੁਹਾਨੂੰ ਉਹ ਪੈਸੇ ਵਾਪਸ ਮਿਲ ਜਾਣੇ ਸਾਰੇ। ਸੋ ਇਸ ਤਰ੍ਹਾਂ ਵੀ ਸਿਸਟਮ ਹੈਗਾ। ਸੋ ਗਲਤ ਥਾਂ 'ਤੇ ਪੈਸੇ ਨਾ ਲਾਓ, ਜੇ ਤੁਹਾਨੂੰ ਰੀਪੇਮੈਂਟ ਹੁੰਦੀ ਹੈ ਉੱਥੇ ਕਰੋ। ਸੋ ਬਾਕੀ ਡੇਅਰੀ ਫਾਰਮਿੰਗਸ ਇੰਡੀਆ 'ਚ ਤੁਹਾਨੂੰ ਪਹਿਲਾਂ ਕਿ ਸਭ ਤੋਂ ਵੱਡਾ ਚੈਲੰਜ ਕਿ ਕੋਈ ਗੱਲ ਕਿਸੇ ਨੂੰ ਨੌਲੇਜ ਹੈ ਨਹੀਂ, ਕੋਈ ਡਾਇਟ ਦਾ ਨਹੀਂ ਪਤਾ, ਫੀਡ ਸਟੇਟ ਵਿੱਚ ਚੇਂਜ ਹੋ ਜਾਂਦਾ, ਕੋਈ ਸੀਜ਼ਨਲ ਖੇਤੀ ਹੈ। ਠੀਕ ਹੈ ਜੀ, ਮਤਲਬ ਇਹੋ ਜਿਹਾ ਕੋਈ ਸਾਇਲੇਜ ਵਾਲਾ ਸਿਸਟਮ ਕਰਨਾ ਪੈਣਾ ਇੰਡੀਆ 'ਚ, ਜੇ ਤੁਸੀਂ ਸਾਰਾ ਸਾਲ ਫਾਰਮਿੰਗ ਕਰਨੀ ਹੈ, ਸਾਰਾ ਸਾਲ ਤੁਸੀਂ ਦੁੱਧ ਪ੍ਰੋਡਕਸ਼ਨ ਕਰਨਾ। ਅਤੇ ਬਾਕੀ ਉਹੀ ਗੱਲ, ਫਿਰ ਇੱਕ ਥੋੜ੍ਹੀ ਓਨੈਸਟੀ ਹੈ ਨਹੀਂ ਉੱਥੇ, ਇਮਾਨਦਾਰੀ ਹੈ ਨਹੀਂ ਗੀ। ਹਰੇਕ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ, ਮਤਲਬ ਕਿਸੇ ਨਾ ਕਿਸੇ ਹਿਸਾਬ ਨਾਲ ਪੈਸੇ ਬਣਾਉਣਾ ਚਾਹੁੰਦਾ ਬਸ। ਠੀਕ ਹੈ ਜੀ, ਕੋਈ ਡਜ਼ਨ ਮੈਟਰ ਕਿ ਕਿਸੇ ਦਾ ਨੁਕਸਾਨ ਹੋ ਰਿਹਾ ਜਾਂ ਕਿਸੇ ਦਾ ਫਾਇਦਾ ਹੋ ਰਿਹਾ। ਅਤੇ ਇੱਕ ਆਪਾਂ ਲੱਤਾਂ ਬੜੀਆਂ ਖਿੱਚਦੇ ਹਾਂ, ਜੇ ਪਤਾ ਲੱਗ ਗਿਆ ਕੋਈ ਫਲਾਨਾ ਬੰਦਾ ਕਾਮਯਾਬ ਹੋਈ ਜਾਂਦਾ, ਕੋਈ ਥੋੜ੍ਹੀ ਜਿਹੀ ਤਰੱਕੀ 'ਚ ਆ ਗਿਆ, ਉਦੋਂ ਹੀ ਬਸ ਉਹ ਪਿੰਡ ਵਾਲੇ ਉਹਦੀ ਮੈਲ ਧੋਣ ਲੱਗ ਪੈਂਦੇ ਬੰਦੇ ਦੀ। ਚਲੋ ਜੀ, ਉਹ ਐਂ ਕਰ ਲਿਆ, ਇੰਨਾ ਪੈਸਾ ਕਿੱਥੋਂ ਆ ਗਿਆ, ਇਹਦਾ ਲੱਗਦਾ ਕੁਛ ਕੋਈ 2 ਨੰਬਰ ਦਾ ਕੰਮ ਕਰਦੇ ਨੇ, ਬਲੈਕ ਕਰਦੇ ਹੋਣਗੇ, ਜਾਂ ਕਹਿਣਗੇ ਇਹਨੇ ਤਾਂ ਡਾਲਰ ਆਉਂਦੇ ਆ ਬਾਹਰੋਂ। ਅਤੇ ਡਾਲਰ ਆਉਂਦੇ ਆ ਤਾਂ ਬਾਈ ਪੰਡ ਲੱਗੀ ਵੀ ਸੀ ਜਦੋਂ ਅਸੀਂ ਇੱਥੇ ਆਏ ਸੀ, ਜਦੋਂ ਮੈਂ ਇੱਥੇ ਆਇਆ ਸੀ ਤਕਰੀਬਨ ਉਸ ਟਾਈਮ 11 ਲੱਖ ਰੁਪਈਆ ਕੈਸ਼ ਲੱਗਿਆ ਸੀਗਾ 2010, ਅਤੇ ਜੱਟਾਂ ਕੋਲ ਪੈਸੇ ਕਿੱਥੇ ਹੁੰਦੇ ਆ। ਸੋ ਇਹ ਗੱਲਾਂ ਜੀ, ਡੇਅਰੀ ਪ੍ਰੋਡਕਸ਼ਨ 'ਚ ਬਹੁਤ ਫਾਇਦਾ ਹੈ, ਪਰ ਤੁਹਾਨੂੰ ਸਿਸਟਮ ਆਪਣੀ ਥਿੰਕਿੰਗ ਚੇਂਜ ਕਰਨੀ ਪੈਣੀ ਆ, ਪ੍ਰੋਪਰ ਵੇ ਨਾ ਕਰਨਾ ਪੈਣਾ। ਜੇ ਤੁਸੀਂ ਵਧੀਆ ਕਰੋਗੇ ਨਾ, ਉੱਥੇ ਇੰਡੀ 'ਚ ਇਹੀ ਨਸਲਾਂ ਹੈਗੀਆਂ ਜਿਹੜੀਆਂ 40 ਤੋਂ 50 ਲੀਟਰ ਦੁੱਧ ਆਰਾਮ ਨਾਲ ਦੇ ਦਿੰਦੀਆਂ, 30 ਤੋਂ 40 ਦੇ ਵਿੱਚ ਵਿੱਚ ਕਹਿ ਲਓ। ਸੋ ਜੇ ਤੁਸੀਂ ਉਹਨੂੰ ਤਰੀਕੇ ਨਾਲ ਕਰੋ ਫਾਰਮਿੰਗ, ਹੁਣ ਇਹ ਥੋੜ੍ਹੀ ਆ ਵੀ ਉਹੀ ਗੱਲ ਹੈ, ਨਾਲੇ ਸੰਗਲਾਂ ਨਾਲ ਬੰਨ੍ਹ ਕੇ ਨਹੀਂ ਫਾਰਮਿੰਗ ਹੁੰਦੀ, ਜਿੱਥੇ ਤੱਕ ਮੇਰਾ ਆਈਡੀਆ। ਠੀਕ ਹੈ ਜੀ, ਜੇ ਸੰਗਲਾਂ ਨਾਲ ਬੰਨ੍ਹ ਕੇ ਵੀ ਕਰਨੀ ਹੈ ਤਾਂ ਫਿਰ ਉਹਨਾਂ ਨੂੰ ਪ੍ਰੋਪਰ ਖਾਣਾ ਪੀਣਾ ਬੰਦਾ ਉੱਤੇ ਹੀ ਚਾਹੀਦਾ, ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ, ਫੀਡ ਦੀ ਕਮੀ ਨਹੀਂ ਹੋਣੀ ਚਾਹੀਦੀ। ਠੀਕ ਹੈ, ਉਹੀ ਗੱਲ ਆਪਾਂ ਧਿਆਨ ਤਾਂ ਦਿੰਦੇ ਨਹੀਂ, ਨਾ ਕੋਈ ਪੱਠੇ ਦਾ ਪਤਾ ਹੈ, 2 ਘੰਟੇ ਲੇਟ ਪਾ ਤੇ, 2 ਘੰਟੇ ਪਹਿਲਾਂ ਪਾ ਤੇ। ਠੀਕ ਹੈ ਜੀ, ਇਹ ਪ੍ਰੋਬਲਮ ਹੈ। ਡਾਇਟ, ਕੋਈ ਡਾਇਟ ਦਾ ਆਪਾਂ ਚੈੱਕ ਨਹੀਂ ਕਰਵਾਉਂਦੇ ਕਿ ਇਹ 'ਚ ਕਿੰਨੀ ਐਨਰਜੀ ਹੈ, ਜਿਹੜਾ ਜਿਹੜਾ ਵੀ ਆਪਾਂ ਨੂੰ ਖਾਣਾ ਦਾਣਾ ਪਾ ਰਹੇ ਹਾਂ ਪਸ਼ੂ ਨੂੰ। ਯੰਗ ਸਟੋਕ ਦੀ ਕੇਅਰ ਨਹੀਂ ਕਰਦੇ, ਵੱਛੀਆਂ ਛੋਟੀਆਂ ਦੀ, ਉਹ ਕਹਿੰਦੇ ਦੇਖਾਂਗੇ ਚਲੋ ਜਦੋਂ ਇਸ ਜਦੋਂ ਰਲ ਗਈ, ਟੀਕਾ ਟੂਕਾ ਲੱਗ ਗਿਆ, ਉਹ ਸੂਨ ਤੋਂ ਪਹਿਲਾਂ ਕਰਾਂਗੇ। ਦੂਜੀ ਗੱਲ, ਇੱਕ ਮੇਨ ਮੈਂ ਐਕਚੁਅਲੀ ਪਹਿਲਾਂ ਭੁੱਲ ਗਿਆ ਪਿਛਲੀ ਵੀਡੀਓ 'ਚ, ਇੰਡੀਆ ਜਿਵੇਂ ਕੀ ਕਰਦੇ ਆ, ਸਾਡੇ ਜਿਵੇਂ ਕਰਦੇ ਨੇ, ਮੈਂ ਦੇਖਿਆ ਹੋਰ ਵੀ ਲੋਕ ਕਰਦੇ ਹੋਣਗੇ। ਸੂਨ ਤੋਂ ਜਿਵੇਂ ਥੋੜ੍ਹਾ ਚਿਰ ਪਹਿਲਾਂ ਨਾ ਪਸ਼ੂ ਨੂੰ ਤੇਲ ਜਾਂ ਘਿਓ ਦਿੰਦੇ ਆ ਸ਼ਾਇਦ। ਠੀਕ ਹੈ ਜੀ, ਕਦੇ ਵੀ ਨਹੀਂ ਦਿਓ, ਦੇਣਾ ਤਾਂ ਐਟਲੀਸਟ 20 ਦਿਨ, ਸੂਨ ਤੋਂ 20-25 ਦਿਨ ਪਹਿਲਾਂ ਪਹਿਲਾਂ ਜੋੜਾ ਦੇਣਾ ਦੇ ਦਿਓ, ਕਿਉਂਕਿ ਜਿਹੜੇ ਲਾਸਟ ਵਾਲੀ 20 ਦਿਨ ਹੁੰਦੇ ਨਾ, ਜੇ ਉਹ ਦਿਓਗੇ ਤਾਂ ਉਹ ਸਾਰੀ ਖੁਰਾਕ ਬੱਚੇ ਨੂੰ ਹੀ ਜਾਊਗੀ, ਕਾਫ ਨੂੰ ਜਾਊਗੀ, ਗਾਂ ਨੂੰ ਜਾਂ ਪਸ਼ੂ ਨੂੰ ਮੈਂ ਨੂੰ ਨਹੀਂ ਲੱਗਣੀ। ਜਿੰਨਾ ਮਰਜ਼ੀ ਖਵਾ ਦਿਓ, ਭਾਵੇਂ ਮੂੰਹ ਚੱਕ ਕੇ ਅਤੇ ਭਾਵੇਂ ਡਰੰਮ ਪਾ ਦਿਓ ਤੇਲ ਦਾ ਵਿੱਚ ਅਦੇ। ਸੋ ਹਮੇਸ਼ਾ ਐਟਲੀਸਟ ਮਹੀਨਾ 20 ਐਟਲੀਸਟ 20 ਦਿਨ ਤੋਂ ਬਾਅਦ, ਮਤਲਬ 20 ਦਿਨ ਰਹਿ ਗਏ ਸੂਣ ਦੇ, ਸਿਰਫ ਹੁਣ ਸਿੰਪਲ ਡਾਇਟ ਖਵਾਓ ਪਸ਼ੂ ਨੂੰ ਬਸ। ਅਤੇ ਇੱਦਾਂ ਤਾਂ ਹੀ ਤਾਂ ਕਾਵਿੰਗ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ। ਅਗਲੇ ਕਹਿੰਦੇ ਸੌਖਾ ਸੂ ਪੈਂਦਾ ਬੱਚਾ, ਸਲਿਪਰੀ ਕਹਿ ਲਓ ਵੀ, ਜੇ ਲਿਊ ਬਣ ਜਾਂਦਾ ਅੰਦਰ, ਇਹੋ ਜਿਹਾ ਕੋਈ ਚੱਕਰ ਨਹੀਂ, ਨੈਚੁਰਲੀ ਸਭ ਕੁਛ ਹੁੰਦਾ ਪਸ਼ੂ ਦੇ ਵਿੱਚ, ਐਡੀ ਘਬਰਾਉਣ ਦੀ ਕੋਈ ਗੱਲ ਨਹੀਂ ਗੀ, ਬੜਾ ਈਜ਼ੀ ਹੈ। ਸੋ ਇਹ ਹੈ ਜੀ ਡੇਅਰੀ ਫਾਰਮਿੰਗ, ਜੇ ਮਿਹਨਤ ਕਰੋਗੇ ਤਾਂ ਸਭ ਕੁਛ ਹੈ। ਪਹਿਲੀ ਗੱਲ ਤਾਂ ਡਰਦੀ ਬੜਾ, ਜੇ ਮਾੜਾ ਜਿਹਾ ਗੋਹਾ ਲੱਗ ਗਿਆ ਉਹ ਤੁਹਾਡਾ ਭਲਾ ਹੋ ਜਾਏ, ਗੋਹਾ ਲੱਗ ਗਿਆ ਮੇਰੇ ਹੱਥ ਨੂੰ ਦੱਸ। ਇੱਥੇ ਜਿਹੜੇ ਮਿਲੇਨੀਅਰ ਬੰਦੇ ਹੈਗੇ ਆ, ਠੀਕ ਹੈ ਜੀ, ਤੁਸੀਂ ਮੰਨਣਾ ਨਹੀਂ, ਇੱਥੇ 75-80 ਸਾਲ ਦੀ ਉਮਰ ਤੱਕ ਤਾਂ ਗੋਰੇ ਆਮ ਹੀ ਕੰਮ ਕਰਦੇ ਡੇਅਰੀ ਫਾਰਮਿੰਗਾਂ 'ਤੇ, ਆਮ ਹੀ।
10-10 ਘੰਟੇ ਰੋਜ਼, ਅਤੇ ਆਪਣੇ 40 ਲੰਘ ਜਾਣ ਬੰਦਾ, ਬਸ ਗੋਡੇ ਦੁਖਣ ਲੱਗ ਪੈਂਦੇ ਬੰਦੇ ਦੇ। ਠੀਕ ਹੈ, ਖਾਣਾ ਪੀਣਾ ਵੀ ਆਪਣਾ ਸਹੀ ਨਹੀਂ ਇੰਡੀਆ, ਆਪਾਂ ਦਾ ਸਿਰਫ ਜੀਭ ਦੇ ਸਵਾਦ ਨੂੰ ਹੈ ਨਾ, ਗੋਰੇ ਮਿੱਠਾ ਖਾਂਦੇ ਹੈ ਨਾ ਮਿਰਚ ਖਾਂਦੇ ਜਮਾਂ ਹੀ। ਠੀਕ ਹੈ, ਅਤੇ ਓਇਲੀ ਓਇਲੀ ਚੀਜ਼ਾਂ ਤਾਂ ਖਾਂਦੇ ਨਹੀਂ, ਤੇਲ ਤਾਂ ਇਹਨਾਂ ਨੂੰ ਪਤਾ ਨਹੀਂ, ਰਿਫਾਇੰਡ ਤੇਲ ਜਾਂ ਤੜਕਾ ਲਾ ਕੇ ਖਾਣਾ ਕੀ ਹੁੰਦਾ, ਤਾਂ ਹੀ ਤਾਂ ਫਿਰ ਐਂ ਪਏ ਹੈ 80-80 ਸਾਲ ਦੇ ਗੋਰਿਆਂ ਦੇ ਵੀ ਅੰਬਾਸ ਨਹੀਂ ਲੌਂਕਦਾ। ਸੋ ਲੁੱਕ ਆਫਟਰ ਕਰੋ ਪਸ਼ੂਆਂ ਦੀ, ਜੇ ਕਰੋਗੇ ਤਾਂ ਤੁਹਾਨੂੰ ਉਹ ਕੁਛ ਨਾ ਕੁਛ ਦੇਣਗੇ ਵਾਪਸ, ਜਦੋਂ ਕੇਅਰ ਹੀ ਨਹੀਂ ਕਰਨੀ ਹੁੰਦਾ ਤਾਂ ਉਹਨਾਂ ਨੇ ਕੀ ਦੇਣਾ। ਸੋ ਤੁਹਾਨੂੰ ਮਤਲਬ ਗੌਰਮੈਂਟ ਨੂੰ ਵੀ ਇਹ ਮਤਲਬ ਇਹ ਪੁਸ਼ ਕਰੋ ਜਾਂ ਮੀਟਿੰਗਾਂ ਕਰੋ ਕਿ ਆਪਾਂ ਇਹ ਡੇਅਰੀ ਪ੍ਰੋਡਕਸ਼ਨ ਕੁਛ ਕਰੀਏ। ਵੈਸੇ ਪੋਲਿਸੀਜ਼ ਬਹੁਤ ਹੈਗੀਆਂ, ਪਰ ਲੋਕ ਕੀ ਕਰਦੇ ਹੈਗੇ ਆ, ਮਤਲਬ ਉਹਦਾ ਇੱਕ ਤਾਂ ਕੋਈ ਅਫਸਰ ਦੱਸਦੇ ਨਹੀਂ, ਅਤੇ ਬਾਕੀ ਲੋਕ ਵੀ ਇੰਟਰਸਟਡ ਹੈ ਨਹੀਂਗੇ, ਮਤਲਬ ਇੱਕੋ ਹੀ ਖਾਤੇ, ਬਸ ਖੇਤੀ ਕਰਨੀ ਹੈ, ਬਸ ਵਾਹਲੀ ਬੀਜਲੀ ਵਾਹਲੀ ਬੀਜਲੀ। ਠੀਕ ਹੈ, ਐਂ ਤਾਂ ਫਿਰ ਚਲੀ ਜਾਣਾ, ਪਹਿਲਾਂ ਬਜ਼ੁਰਗ ਵੀ ਕਰਦੇ ਸੀ, ਆਪਾਂ ਵੀ ਕਰਦੇ ਰਹਾਂਗੇ। ਸੋ ਠੀਕ ਹੈ ਜੀ, ਥੋੜ੍ਹਾ ਜਿਹਾ ਐਜੂਕੇਟ ਹੋਵੋ, ਕੋਈ ਕੋਰਸਿਸ, ਸ਼ੋਰਟ ਕੋਰਸਿਸ ਔਨਲਾਈਨ, ਹੁਣ ਤਾਂ ਸਾਰਾ ਕੁਛ ਔਨਲਾਈਨ ਤਾਂ ਪਿਆ, ਔਨਲਾਈਨ ਆਪਦਾ ਪੜ੍ਹ ਲਓ, ਗੂਗਲ ਚੱਕ ਲਓ, ਜੋ ਮਰਜ਼ੀ ਕਰ ਲਓ। ਕੋਈ ਜੇ ਕੋਈ ਡਿਜ਼ੀਜ਼ ਆਉਂਦੀ ਹੈ ਤੁਹਾਡੇ ਪਸ਼ੂ ਦੇ, ਸਿਪਟਮਸ ਹੈਗੇ ਆ, ਉਹ ਗੂਗਲ 'ਚ ਪਾ ਲਓ, ਤੁਹਾਨੂੰ ਸਾਰਾ ਕੁਝ ਦੱਸ ਦੂਗਾ ਇਹਦਾ ਟ੍ਰੀਟਮੈਂਟ ਕੀ। ਤੁਹਾਨੂੰ ਈਵਨ ਡਾਕਟਰ ਕੋਲ ਜਾਣ ਦੀ ਲੋੜ ਵੀ ਨਹੀਂ, ਸਾਡੇ ਡਾਕਟਰ ਆਉਂਦਾ ਹੀ ਨਹੀਂ, ਕਦੇ ਹੀ ਨਹੀਂ ਆਉਂਦਾ, ਉਦੋਂ ਹੀ ਆਉਂਦਾ ਜਦੋਂ ਸਾਲ 'ਚ 1-2 ਵਾਰ ਮਸਾਂ ਜੇ ਸਾਡੇ ਕੋਈ ਬਾਹਲਾ ਕੇਸ ਉਲਝ ਜੇ ਤਾਂ। ਸੋ ਬਾਕੀ ਜੁੜੋ, ਇੱਕ ਦੂਜੇ ਨਾਲ ਸਲਾਹ ਲਓ। ਹੁਣ ਤਾਂ ਪੰਜਾਬ 'ਚ, ਹਰਿਆਣਾ 'ਚ, ਮੈਂ ਦੇਖਿਆ ਗੁਜਰਾਤ 'ਚ ਬੜੇ ਡੇਅਰੀ ਫਾਰਮਸ ਖੁੱਲ੍ਹੀ ਜਾਂਦੇ ਆ, ਬਹੁਤ ਵਧੀਆ ਟੈਕਨੋਲੋਜੀ ਆਈ ਜਾਂਦੀ ਹੈ, ਉੱਥੇ ਜਾਓ, ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਦੇਖੋ ਜਾ ਕੇ ਵੀ ਉਹ ਫਾਰਮਿੰਗ ਕਿਵੇਂ ਕਰਦੇ ਆ। ਸਫਾਈ ਦਾ ਮੇਨਲੀ ਧਿਆਨ ਰੱਖੋ, ਪਸ਼ੂਆਂ ਥੱਲੇ ਬਹੁਤ ਜ਼ਰੂਰੀ ਹੈ ਇਹ। ਸੋ ਸੋਰੀ, ਮੇਰੀਆਂ ਗਾਈਆਂ ਆ ਗਈਆਂ, ਮੈਂ ਕਰਨੀ ਮਿਲਕਿੰਗ ਸ਼ੁਰੂ, ਅਤੇ ਠੀਕ ਹੈ, ਉਮੀਦ ਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ, ਜੇ ਕੋਈ ਹੋਇਆ ਤਾਂ ਜ਼ਰੂਰ ਸਵਾਲ ਪੁੱਛ ਲਿਓ, ਕਮੈਂਟ ਕਰ ਲਿਓ। ਬਾਕੀ ਬੇਨਤੀ ਹੈ, ਜ਼ਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ, ਹੋਰ ਅਗਰ ਆਪਣੇ ਯਾਰਾਂ ਮਿੱਤਰਾਂ ਬੇਲੀਆਂ ਨੂੰ ਦੱਸੋ। ਠੀਕ ਹੈ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।